ਸਵੈਗ ਦੇਸੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣਾ ਬ੍ਰੈਡ ਪਕੌੜਾ ਬਣਾਵਾਂਗੇ ਅਤੇ ਬ੍ਰੈਡ ਪਕੌੜਾ ਬਣਾਉਣ ਦੀ ਆਪਾਂ ਤਿਆਰੀ ਕਰੀਏ। ਤੁਸੀਂ ਸਾਡਾ ਚੈਨਲ ਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਨਾਲ ਹੀ ਬੈਲ ਆਈਕਨ ਦਬਾਓ ਤਾਂ ਜੋ ਜਿਹੜੀਆਂ ਸਾਡੀਆਂ ਨਵੀਆਂ ਰੈਸਪੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਆਓ ਅਸੀਂ ਬ੍ਰੈਡ ਪਕੌੜਾ ਤਿਆਰ ਕਰੀਏ। ਬ੍ਰੈਡ ਪਕੌੜਾ ਬਣਾਉਣ ਦੇ ਲਈ ਅਸੀਂ ਬ੍ਰੈਡ ਲੈ ਲਈਏ ਅਤੇ ਇਹਦੇ ਨਾਲ ਹੀ ਅਸੀਂ ਇੱਕ ਬਰਤਨ ਦੇ ਵਿੱਚ ਬੇਸਣ ਛਾਣ ਕੇ ਪਾ ਲਿਆ। ਅਤੇ ਇਹ ਜਿਹੜੀ ਮਤਲਬ ਬ੍ਰੈਡ ਪਕੌੜਾ ਬਣਾਉਣ ਲੱਗੇ ਜਿੰਨਾ ਤੁਹਾਨੂੰ ਬ੍ਰੈਡ ਚਾਹੀਦੀ ਹੈ ਉਸਦੇ ਮੁਤਾਬਕ ਹੀ ਆਪਾਂ ਬੇਸਣ ਲਾਂਗੇ। ਅਤੇ ਇਹ ਅਸੀਂ 1 ਕੱਪ ਬੇਸਣ ਦਾ ਤਕਰੀਬਨ ਲਿਆ ਅਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਆਪਣਾ ਜੀਰਾ, ਧਨੀਆ ਪਾਊਡਰ, ਤੇ ਇਹਦੇ ਵਿੱਚ ਅਸੀਂ ਸਰਦੀਆਂ ਦੇ ਮੌਸਮ ਤੇ ਤਿਲ ਜਿਹੜੇ ਨੇ ਉਹ ਖਾਣੇ ਬਹੁਤ ਅੱਛੇ ਨੇ ਤੇ ਇਹਦੇ ਵਿੱਚ ਅਸੀਂ ਵਾਈਟ ਤਿਲ ਵੀ ਪਾਵਾਂਗੇ। ਥੋੜੀ ਜਿਹੀ ਹਲਦੀ ਪਾਵਾਂਗੇ ਤੇ ਇਹ ਲਾਲ ਮਿਰਚ ਹੈ, ਲਾਲ ਮਿਰਚ ਆਪਣੇ ਟੇਸਟ ਮੁਤਾਬਕ ਕਿਉਂਕਿ ਇਸਦੇ ਵਿੱਚ ਅਸੀਂ ਹਰੀ ਮਿਰਚ ਵੀ ਪਾਣੀ ਹੈ। ਇਸੇ ਤਰ੍ਹਾਂ ਨਮਕ ਆਪਣੇ ਟੇਸਟ ਮੁਤਾਬਕ, ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਹ ਧਨੀਆ ਤੇ ਹਰੀ ਮਿਰਚ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਾਵਾਂਗੇ। ਤੇ ਉੱਧਰ ਅਸੀਂ ਆਪਣਾ ਜਿਹੜਾ ਹੈਗਾ ਜੀ ਸਰੋਂ ਦਾ ਤੇਲ ਜਿਹੜਾ ਕੜਾਹੀ ਵਿੱਚ ਗਰਮ ਕਰਨ ਲਈ ਰੱਖ ਦਿੱਤਾ। ਤੇ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਅਸੀਂ ਪਾਣੀ ਪਾ ਕੇ ਇੰਨਾ ਕੁ ਸੰਘਣਾ ਆਪਾਂ ਬੇਸਣ ਘੋਲਣਾ ਹੈ ਕਿ ਤਾਂ ਕਿ ਜਿਹੜੇ ਬ੍ਰੈਡ ਪੀਸ ਨੇ ਉਹਨਾਂ ਉੱਤੇ ਬੇਸਣ ਲੱਗ ਜਾਏ। ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਜਵੈਣ ਜਿਹੜੀ ਹੈ ਉਹ ਹੱਥ 'ਤੇ ਮਸਲ ਕੇ ਫਿਰ ਪਾਵਾਂਗੇ। ਜਦੋਂ ਆਪਾਂ ਇਸ ਨੂੰ ਜਵੈਣ ਨੂੰ ਮਸਲ ਲੈਂਦੇ ਹਾਂ ਤਾਂ ਇਹਦੀ ਜਿਹੜੀ ਖੁਸ਼ਬੂ ਹੈ ਬਹੁਤ ਜ਼ਿਆਦਾ ਆਉਂਦੀ ਹੈ। ਅਤੇ ਸਾਡੇ ਕੋਲ ਗਾਰਲਿਕ ਪੇਸਟ ਹੈ, ਥੋੜ੍ਹੀ ਗਾਰਲਿਕ ਅਤੇ ਜਿੰਜਰ ਪੇਸਟ। ਅਤੇ ਜੇ ਤੁਸੀਂ ਚਾਹੋ ਤਾਂ ਆਪਣਾ ਫਰੈਸ਼ ਵੀ ਕਿੰਨਾ ਵਾ ਆਪਾਂ ਕੁੱਟ ਕੇ ਪਾ ਸਕਦੇ ਹਾਂ। ਇਸਨੂੰ ਮਿਕਸ ਕਰ ਲਾਂਗੇ। ਬੇਸਣ ਸਾਡਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਸੰਘਣਾ ਹੈ, ਇਸਨੂੰ ਅਸੀਂ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਨਰਮ ਕਰਾਂਗੇ। ਬੇਸਣ ਜਿਹੜਾ ਘੋਲਣਾ ਹੈ ਉਹ ਮਤਲਬ ਉਹਨਾ ਕਿ ਹੋਵੇ ਪਤਲਾ ਜਿਹੜਾ ਬ੍ਰੈਡ ਦੇ ਉੱਤੇ ਵੀ ਚੰਗੀ ਤਰ੍ਹਾਂ ਚੜ੍ਹ ਜਾਏ।
ਤੇਲ ਸਾਡਾ ਗਰਮ ਹੋ ਗਿਆ ਤੇ ਹੁਣ ਅਸੀਂ ਜਿਹੜਾ ਬ੍ਰੈਡ ਪੀਸ ਨੇ ਉਹਨਾਂ ਨੂੰ ਬੇਸਣ ਦੇ ਵਿੱਚ ਡਿਪ ਕਰਕੇ ਤੇ ਫਰਾਈ ਕਰਾਂਗੇ। ਜੇ ਤੇ ਪਕੌੜੇ ਹੁਣੇ ਖਾਣੇ ਹੋਣ ਤੇ ਫਿਰ ਇਹਨਾਂ ਨੂੰ ਰੈਡ ਕਰ ਲਓ, ਨਹੀਂ ਤੇ ਇਸ ਤਰ੍ਹਾਂ ਹੀ ਕੱਚੇ ਥੋੜੇ ਜਿਹੇ ਆਪਣਾ ਕੱਢ ਲਓ, ਫਿਰ ਜਦੋਂ ਜ਼ਰੂਰਤ ਹੋਵੇ ਤੇ ਉਹਨਾਂ ਨੂੰ ਆਪਣਾ ਰੈਡ ਕਰ ਲਓ। ਪਕੌੜੇ ਸਾਡੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਕੱਢ ਲਾਂਗੇ। ਗੈਸ ਦਾ ਫਲੇਮ ਜਿਹੜਾ ਹੈ ਉਹ ਘੱਟ ਰੱਖਾਂਗੇ ਤਾਂ ਕਿ ਜਿਹੜੇ ਪਕੌੜੇ ਨੇ ਉਹ ਚੰਗੀ ਤਰ੍ਹਾਂ ਖਸਤਾ ਹੋ ਕੇ ਬਣਨ। ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਓ ਪਕੌੜੇ, ਬ੍ਰੈਡ ਪਕੌੜਾ, ਅਤੇ ਤਿਲ ਜ਼ਰੂਰ ਪਾਓ। ਸਰਦੀਆਂ ਦੇ ਦਿਨ ਵਿੱਚ ਤਿਲ ਖਾਣੇ ਅੱਛੇ ਨੇ ਅਤੇ ਇਹ ਜਿਹੜੇ ਪਕੌੜੇ ਨੇ ਬੜੇ ਟੇਸਟੀ ਬਣਦੇ ਨੇ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਘਰੇ ਬਣਾ ਕੇ ਖਾਈਏ, ਘਰ ਅਸੀਂ ਆਪਣੇ ਸਾਫ਼ ਸੁਥਰੀ ਚੀਜ਼ ਬਣਾਉਂਦੇ ਹਾਂ। ਘਰ ਬਣਾਇਆ ਬੱਚਿਆਂ ਨੂੰ ਆਦਤ ਪੈਂਦੀ ਹੈ ਕਿ ਘਰ ਹੀ ਖਾਣੀ ਹੈ ਚੀਜ਼ ਬਣਾ ਕੇ, ਨਹੀਂ ਤਾਂ ਉਹਨਾਂ ਨੂੰ ਬਾਜ਼ਾਰ ਦਾ ਹੀ ਟੇਸਟ ਬਣਿਆ ਰਹਿੰਦਾ। ਬ੍ਰੈਡ ਪਕੌੜਾ ਸਾਡਾ ਵੀ ਤਿਆਰ ਹੋ ਚੱਲਿਆ। ਇਹ ਜਿਹੜੇ ਪਕੌੜੇ ਨੇ ਇਹਨਾਂ ਨੂੰ ਤੁਸੀਂ ਆਪਣਾ ਟਮਾਟੋ ਸੌਸ ਨਾਲ, ਗ੍ਰੀਨ ਚਟਨੀ ਨਾਲ, ਜਿੱਦਾਂ ਤੁਹਾਨੂੰ ਟੇਸਟੀ ਲੱਗਦੇ ਹੈ ਉਸ ਤਰ੍ਹਾਂ ਖਾ ਸਕਦੇ ਹੋ। ਸਾਈਡ ਚੇਂਜ ਕਰਦੇ ਰਹਿਣਾ ਤਾਂ ਕਿ ਮਤਲਬ
ਦੋਨੋਂ ਪਾਸੇ ਚੰਗੀ ਤਰ੍ਹਾਂ ਫਰਾਈ ਹੋ ਜਾਣ। ਬੇਸਣ ਘੋਲਣ ਲੱਗਿਆ ਸਿਰਫ ਇਹਨਾਂ ਧਿਆਨ ਰੱਖਣਾ ਕਿ ਆਪਣਾ ਜਿਹੜਾ ਬੇਸਣ ਹੈ ਉਹਨਾਂ ਪਤਲਾ ਰੱਖੋ, ਜਿਹੜਾ ਇਹਦੇ ਉੱਤੇ ਬ੍ਰੈਡ ਉੱਤੇ ਚੜ ਜਾਏ। ਜੇ ਬਹੁਤਾ ਪਤਲਾ ਹੋਏਗਾ ਤਾਂ ਇੱਕ ਤੇ ਬ੍ਰੈਡ ਟੁੱਟੇਗੀ ਤੇ ਨੰਬਰ 2 ਉਹ ਬੇਸਣ ਜਿਹੜਾ ਹੈ ਉਹ ਬ੍ਰੈਡ ਉੱਤੇ ਚੜੇਗਾ ਨਹੀਂ। ਹੈਲੋ ਜੀ, ਸਾਡਾ ਇਹ ਵੀ ਤਿਆਰ ਹੋ ਗਏ। ਪਕੌੜੇ ਜਿਹੜੇ ਨੇ ਬਹੁਤ ਵਧੀਆ ਟੇਸਟੀ ਦੇਖਣ 'ਚ ਬੜੇ ਵਧੀਆ ਲੱਗ ਰਹੇ ਨੇ, ਖਾਸ ਕਰਕੇ ਸਰਦੀਆਂ ਦੇ ਵਿੱਚ ਬਰਸਾਤ ਦੇ ਮੌਸਮ 'ਚ ਕੋਈ ਤਿਉਹਾਰ ਹੋਵੇ ਤੇ ਬਣਾਓ, ਕਿਉਂਕਿ ਅੱਜ ਕੱਲ੍ਹ ਜਿਹੜਾ ਬੱਚੇ ਵੀ ਜ਼ਿਆਦਾ ਮਿੱਠਾ ਖਾਣਾ ਪਸੰਦ ਨਹੀਂ ਕਰਦੇ, ਨਮਕੀਨ ਜ਼ਿਆਦਾ ਪਸੰਦ ਕਰਦੇ ਨੇ ਤਾਂ